वेलकम बैक डॉक्टर साहब। ए मैसल बर्मिंगम यूके तू भाई सरूप सिंह गरेवाल जी का है। इन्हां नू टीवी 84 नाल बड़ा लगान है, खास करके प्रोग्राम सचो सच नाल। इन्हां दा कहना है कि मेरा संबंध अखंड कीर्तनी जथे नाल है अते मैं बचपन तू ही अमृतपान कीता होया है। मैं देखदा हां कि समय नाल सिखां विच बाबियां ज्योतिषियां तांत्रिकां आदि वल जाण दा रुझान बहुत वध गया है। पढ़े लिखे सिख भी इन्हां वल आकर्षित हो रहे हैं। कुछ तो ज्योतिष तांत्रिकवाद नूं साइंटिफिक दसते हैं, इस ते जरूर दसना। सर सरूप सिंह जी तुहाडा बहुत बहुत धन्नवाद, तुसीं सानूं लिखिआ भी और जिहड़ा तुसीं जो पुछिआ इह भी इक वड्डा चिंता दा विशा है जी क्योंकि जदों पंजाब जां साउथ एशियन हवाले नाल गल हुंदी है कि जी लोक अनपढ़ता दा शिकार ने इसलिए सुपरस्टिशन जां वहिमां भरमां च यकीन रखदे ने, इसलिए ज्योतिषियां दे तुरे हुंदे ने जां कोई जादू टूणिआं दे विच यकीन रखदे ने। पर जदों असीं इन्हां मुल्कां दे विच जिहड़े लोक अपने आए ने जिन्हां नूं कई कई दहाके हो गए, इंग्लैंड दे विच वी बड़ा लंबा समें तों सिख रहिंदे ने और इस दा जे देखना होए भी किन्ना ज्यादा प्रभाव असीं कबूलदे आ जां साडे लोक कबूलदे ने, ते कोई पंजाबी दा अखबार चुक के देख लो उहनां दे विच पूरे पूरे पेज दीआं ऐडां हुंदीआं ने कि तांत्रिक है, काला जादू, ए टूणा, ए फलाणा। आ हुण तक बाद दे विच फ्रॉड दे विच फड़िया गया, अज मेरी बाबे दे नां थल्ले इंग्लैंड दे विच फुल पेज दा ऐड दा अखबारां च हुंदी सी, टीवी दे उत्ते, जी टीवी ते हर अद्धे घंटे बाद उहदी ऐड चलदी सी। बाद च पता लगा कि उह तां 30-32 साल दा इक पाकिस्तानी है जिहड़ा कि वैसे होर उहदा काम कार नहीं चलिया, तो इस किस्म दा उह फ्रॉड कर रिहा, ना उह अजमेरी है ना उह बाबा है। और उह जिहड़ा है और उसने एक स्टूडेंट उत्ते ऑक्सफोर्ड दी सी उस नूं ਠੱਗਿਆ ਤੇ ਸਮ ਹੋਏ ਕੇਸ ਅਦਾਲਤ ਦੇ ਵਿੱਚ ਗਿਆ, ਉਹਨੂੰ ਸਜ਼ਾ, ਜੇਲ੍ਹ 'ਚ ਬੈਠਾ ਅੱਜ ਮੇਰੀ ਬਾਬਾ। ਤੇ ਸਾਡੇ ਇੱਥੇ ਜਿਹੜੇ ਨੇ ਕਿੰਨਿਆਂ ਨੇ ਆਪਣੇ ਕ੍ਰੈਡਿਟ ਕਾਰਡਾਂ ਤੇ ਚਾਰਜ ਕਰਾ ਕਰਾ ਕੇ ਉਹ ਜਿਹੜੇ ਜਾਦੂ ਟੂਣਿਆਂ ਦਾ ਕੰਮ ਉਹਨੇ ਕਿਸੇ ਤੋਂ ਕਰਵਾ ਦਿੱਤਾ, ਕਿਸੇ ਦਾ ਹਟਾ ਦਿੱਤਾ, ਇਸ ਕਿਸਮ ਦਾ ਕੰਮ ਕਰਦੇ। ਇਹੀ ਹਾਲ ਇਹਨਾਂ ਦਾ ਜੋਤਸ਼ੀਆਂ ਦਾ ਹੁਣ। ਔਰ ਜਿਵੇਂ ਉਹਨਾਂ ਨੇ ਕਿਹਾ ਵੀ ਇੱਕ ਕਲਾਸ ਨੂੰ ਜਸਟੀਫਾਈ ਕਰੇਗੀ ਕਿ ਜੀ ਇਹ ਤਾਂ ਬਿਲਕੁਲ ਇਹ ਤਾਂ ਸਾਇੰਟਿਫਿਕ ਹੈ ਜੀ, ਸਾਇੰਸ ਦੇ ਮੁਤਾਬਕ ਇਹ ਸਟਾਰਸ ਇਹ ਪਲੈਨਟਸ ਇੱਧਰ ਨੂੰ ਘੁੰਮਦੇ ਨੇ ਉੱਧਰ ਨੂੰ ਘੁੰਮਦੇ ਨੇ। ਪਹਿਲੀ ਗੱਲ ਤਾਂ ਵੀ ਇਹ ਸਾਇੰਟਿਫਿਕ ਹੀ ਨਹੀਂ ਹੈ, ਇਹ ਇੱਕ ਬੜਾ ਵੱਡਾ ਝੂਠ ਹੈ। ਦੂਸਰੀ ਗੱਲ, ਅਸੀਂ ਜੇ ਗੁਰਮਤ ਦਾ ਦ੍ਰਿਸ਼ਟੀਕੋਣ, ਗੁਰਮਤ ਦਾ ਸਹਾਰਾ ਲੈਂਦੇ ਹਾਂ, ਸਿੱਖ ਦੇ ਨਾਤੇ ਸਾਡੇ ਲਈ ਗੁਰਮਤ ਸੁਪਰੀਮ ਹੈ। ਹੁਣ ਇਹ ਜਿਹੜੀ ਸਾਰੀਆਂ ਅਖੌਤੀ ਕੈਲਕੂਲੇਸ਼ਨ ਨੇ ਜਿਹਨਾਂ ਦੇ ਵਿੱਚ ਹੁਣ ਤਾਂ ਕੰਪਿਊਟਰ ਆ ਗਿਆ, ਕੰਪਿਊਟਰ ਦੇ ਵਿੱਚ ਔਰ ਕੋਈ ਅਖਬਾਰ ਤੁਸੀਂ ਚੁੱਕ ਲਓ 12 ਰਾਸ਼ੀਆਂ, ਔਰ ਜਿਹੜਾ ਅਖਬਾਰ ਚੁੱਕਦਾ ਸਭ ਤੋਂ ਪਹਿਲਾਂ ਰਾਸ਼ੀ ਪੜ੍ਹਦਾ ਵੀ ਮੇਰੀ ਵੀ ਦੁਨੀਆਂ ਦੇ 7 ਬਿਲੀਅਨ ਲੋਕਾਂ ਦੀ ਕਿਸਮਤ ਜਿਹੜੀ ਹੈ ਉਹ ਜਿਹੜਾ ਵੀ ਲਿਖਣ ਵਾਲਾ ਹੈ ਤਨਖਾਹਦਾਰ ਉਸ ਅਖਬਾਰ ਦਾ, ਉਹਨੇ 12 ਡੱਬਿਆਂ ਚ ਬੰਦ ਕੀਤੀ ਹੋਈ ਹੈ ਔਰ ਤੁਸੀਂ ਉਹਦੇ ਚੋਂ ਕੋਈ ਡੱਬੇ ਚੋਂ ਕੁਛ ਪੜ੍ਹ ਲਓ ਤੁਹਾਨੂੰ ਲੱਗੇਗਾ ਮੇਰੇ ਨਾਲ ਹੀ ਹੋ ਰਿਹਾ। ਇਹ ਇੱਕ ਦੇਖੋ ਇਹ ਇੱਕ ਹਿਊਮਨ ਮਾਇੰਡ ਦੀ ਵੀਕਨੈਸ ਹੈ। ਕੱਲ ਕੀ ਹੋਣਾ ਹੈ ਇਸ ਦੇ ਉੱਤੇ ਇੱਕ ਰਹੱਸ ਦਾ ਪਰਦਾ ਹੈ, ਅਸੀਂ ਅਨਸਰਟਨਿਟੀ ਚ ਜਿਉਂਦੇ ਤੇ ਉਹਦੇ ਚ ਅਸੀਂ ਚੰਗੀ ਗੱਲ ਸੁਣਨਾ ਚਾਹੁੰਦੇ। ਜੇ ਸਾਨੂੰ ਲਿਖ ਦਿੰਦਾ ਕਿ ਜੀ ਕੱਲ ਨੂੰ ਧਨ ਮਿਲੇਗਾ, ਇੰਝ ਭਾਵੇਂ ਬਟੂਆ ਨਿਕਲਿਆ ਹੋਇਆ ਅਗਲੇ ਦਿਨ, ਉਹਨੇ ਉਹ ਦੱਸਣ ਨਹੀਂ ਹੋਣਾ ਹੈ ਵੀ ਮੇਰਾ ਬਟੂਆ ਨਿਕਲਿਆ, ਪਰ ਹਰ ਇੱਕ ਨੂੰ ਲੱਗਦਾ ਹੈ ਕਿ ਵੀ ਇਹਦੇ ਚੋਂ ਸ਼ਾਇਦ ਤੁਹਾਨੂੰ ਨੁਕਸਾਨ ਵੀ ਕੀ ਹੈ ਜੀ। ਸੋ ਇਹ ਜਿਹੜੀ ਸਾਡੀ ਇਸ ਕਿਸਮ ਦੇ ਮਾਹੌਲ ਦੇ ਵੱਲ ਜਾਣ ਦੀ ਗੱਲ ਹੈ, ਉਹਦੇ ਚ ਮੂਲ ਕਾਰਨ ਇਹੀ ਹੈ ਕਿ ਅਸੀਂ ਬਾਣੀ ਦੇ ਨਾਲ ਨਹੀਂ ਜੁੜੇ। ਅੱਛਾ, ਦੂਸਰਾ ਪਾਰਟ ਜਿਹੜਾ ਮੈਂ ਕਹਿਣ ਲੱਗਾ, ਸ਼ਾਇਦ ਕੁਛ ਵੀਰਾਂ ਭੈਣਾਂ ਨੂੰ ਇਹ ਗੱਲ ਮੇਰੀ ਪਸੰਦ ਨਾ ਆਏ, ਪਰ ਇਹ ਸੱਚੀ ਗੱਲ ਹੈ ਕਿ ਜਿਹੜੇ ਜੁੜੇ ਉਹਨਾਂ ਚੋਂ ਵੀ ਇੱਕ ਹਿੱਸਾ ਜਿਸਨੇ ਬਾਣੀ ਨੂੰ ਵੀ ਮੰਤਰ ਬਣਾ ਦਿੱਤਾ, ਉਹਨਾਂ ਨੇ ਬਾਣੀ ਨੂੰ ਕਮਾਉਣਾ ਜੀਵਨ ਦੇ ਅੰਦਰ, ਬਾਣੀ ਨੂੰ ਜੀਵਨ ਦਾ ਹਿੱਸਾ ਬਣਾਉਣਾ, ਉਹਦੇ ਮੁਤਾਬਕ ਆਪਣਾ ਜੀਵਨ ਜਿਉਣਾ, ਇਹ ਫਿਲੋਸਫੀ ਹੈ। ਜੇ ਤੁਸੀਂ ਹੁਣ ਕਿਸੇ ਖਾਸ ਚੀਜ਼ ਦਾ ਰਟਨ ਕਿਸੇ ਖਾਸ ਸਮੇਂ ਨਾਲ ਕਰਕੇ ਉਸ ਚੋਂ ਕੋਈ ਮੈਜਿਕ ਕੱਢਣਾ ਚਾਹੁੰਦੇ ਹੋ, ਤੇ ਫਿਰ ਕੋਈ ਜੇ ਗਾਇਤਰੀ ਮੰਤਰ ਦੱਸ ਕੇ ਮੈਜਿਕ ਕੱਢਦਾ, ਅਸੀਂ ਇਹ ਦੱਸ ਕੇ ਮੈਜਿਕ ਕੱਢਦੇ ਹਾਂ, ਉਹ ਪੀਰ ਜਿਹੜੇ ਨੇ ਉਹ ਤਵੀਤ ਜਿਹਾ ਬੰਨ ਕੇ ਉੱਥੇ ਲੀਕਾਂ ਲੂਕਾਂ ਮਾਰ ਕੇ ਬੰਨ ਦਿੰਦੇ ਨੇ ਡੋਲੇ ਦੇ ਨਾਲ, ਉਹਦੇ ਚੋਂ ਮੈਜਿਕ ਕੱਢਦੇ ਨੇ। ਗੁਰੂ ਸਾਹਿਬਾਨ ਨੇ ਤਾਂ ਐਸਾ ਸੌਖਾ ਸਾਨੂੰ ਜੀਵਨ ਦਾ ਰਸਤਾ ਦਿੱਤਾ ਕਿ ਭਾਈ ਗੱਲ ਇਹ ਹੈ ਕਿ ਇਹ ਜੀਵਨ ਬੜਾ ਤੁਹਾਨੂੰ ਕੀਮਤੀ ਜੀਵਨ ਮਿਲਿਆ। ਔਰ ਜਿਹੜੇ ਬਾਬਾ ਡੰਮ ਦੀ ਗੱਲ ਹੈ, ਇਸ ਬਾਰੇ ਤਾਂ ਮੈਂ ਇੱਕ ਗੁਰੂ ਨਾਨਕ ਸਾਹਿਬ ਦਾ ਇਹ ਅਖਾਣ ਦੁਹਰਾਉਣਾ ਚਾਹੁੰਦਾ ਹੈ ਕਿ ਗੁਰੂ ਸਾਹਿਬ ਨੇ ਫਰਮਾਇਆ, ਗੁਰ ਪੀਰ ਸਦਾਏ ਮੰਗਣ ਜਾਏ
ਤਾਂਕੇ ਮੂਲ ਨਾ ਲਗੀ ਐ ਪਾਏ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਕਿ ਜਿਹੜੇ ਗੁਰੂ ਪੀਰ ਬਾਬੇ ਬਣੇ ਹੋਏ ਨੇ ਦੂਸਰਿਆਂ ਦੀ ਕਮਾਈ ਦੇ ਉੱਤੇ ਨਿਰਭਰ ਕਰਦੇ ਨੇ ਮੰਗਣ ਜਾਂਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਕਦੇ ਭੁੱਲ ਕੇ ਵੀ ਉਹਨਾਂ ਦੇ ਪੈਰੀ ਨਾ ਪਿਓ ਜਿਹੜਾ ਘਾਲਣਾ ਦੀ ਕਮਾਈ ਖਾਂਦਾ ਘਾਲ ਖਾਏ ਕਿਛ ਹੱਥੋਂ ਦੇ ਉਹ ਜਿਹੜੀ ਘਾਲਣਾ ਦੀ ਕਮਾਈ ਹੈ ਉਸ ਨੂੰ ਵੀ ਲੋੜਵੰਦਾਂ ਦੇ ਨਾਲ ਸ਼ੇਅਰ ਕਰਦਾ ਉਹਨਾਂ ਨੂੰ ਵੀ ਲੋੜਵੰਦਾਂ ਦੇ ਨਾਲ ਵੰਡਦਾ ਨਾਨਕ ਰਾਹ ਪਛਾਣੇ ਸੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਉਹਨਾਂ ਦੇ ਲਈ ਹੀ ਨਿਰੰਕਾਰ ਦਾ ਦਰਵਾਜ਼ਾ ਖੁੱਲਦਾ ਤੇ ਜੇ ਅਸੀਂ ਬਾਣੀ ਨੂੰ ਸੱਚਮੁੱਚ ਪੜਿਆ ਹੋਏ ਇਸ ਨੂੰ ਸਮਝਿਆ ਹੋਏ ਇਸ ਮੁਤਾਬਕ ਜੀਵਨ ਜੀਵਿਆ ਹੋਏ ਤੇ ਇਹ ਤੁਹਾਡੇ ਗਲੀ ਦੇ ਮੋੜ ਤੇ ਵੀ ਇਹ ਕੋਈ ਬਾਬਾ ਜਾਂ ਕੋਈ ਇਹ ਤਾਂਤਰਿਕ ਜਾਂ ਦੂਜਾ ਨਹੀਂ ਵੜ ਸਕਦਾ ਤੇ ਜੇ ਅੱਜ ਹਾਲਤ ਇਹ ਹੈ ਵੀ ਘਰਾਂ ਦੇ ਵਿੱਚ ਜੇ ਬੰਦੇ ਦਾ ਨਹੀਂ ਵੀ ਆ ਰੁਝਾਨ ਤੇ ਬੀਬੀ ਨੇ ਕ੍ਰੈਡਿਟ ਕਾਰਡ ਦੇ ਕੇ ਤਾਂਤਰਿਕਾਂ ਨੂੰ ਜਿਹੜੇ ਆ ਉਹ ਮੁੜ ਕੇ $20,000 ਚਾਰਜ ਕਰਵਾਇਆ ਹੁੰਦਾ ਜਦੋਂ ਬਿੱਲ ਆਉਂਦਾ ਫਿਰ ਪਤਾ ਲੱਗਦਾ ਜੀ ਉਹ ਤਾਂ ਫਲਾਣਾ ਹੈ ਤੇ ਇਹ ਮੈਂ ਸਮਝਦਾ ਵੀ ਇਹਦਾ ਕਾਰਨ ਇਹੀ ਹੈ ਵੀ ਅਸੀਂ ਧਰਮ ਦੇ ਨਾਲ ਸੱਚੇ ਧਰਮ ਦੇ ਨਾਲ ਨਹੀਂ ਜੁੜੇ ਇੱਕ ਤਾਂ ਬਿਲਕੁਲ ਦੂਜੇ ਪਾਸੇ ਦੇ ਲੋਕ ਨੇ ਜਿਹੜੇ ਵਹਿਮਾਂ ਭਰਮਾਂ ਤੇ ਜਿਹੜੇ ਸਾਡੇ ਵੀ ਆ ਗਏ ਉਹਦੇ ਚੋਂ ਵੀ ਇੱਕ ਹਿੱਸਾ ਇਸ ਕਿਸਮ ਦਾ ਜਿਹੜਾ ਕਿ ਇਸ ਕਿਸਮ ਦੇ ਸੁਪਰਸਟੀਸ਼ਨ ਔਰ ਦੂਸਰੀਆਂ ਚੀਜ਼ਾਂ ਬਾਣੀ ਨੂੰ ਵੀ ਉਸ ਕਿਸਮ ਦਾ ਹੀ ਅਸੀਂ ਇੱਕ ਮੰਤਰ ਬਣਾ ਕੇ ਕਈ ਥਾਂ ਤੇ ਜਿਹੜਾ ਉਸ ਕਿਸਮ ਦੀ ਵਰਤੋਂ ਔਰ ਇਹ ਬਾਬਾ ਕਲਚਰ ਉਹਦੇ ਚੋਂ ਨਿਕਲੇ ਔਰ ਜਦੋਂ ਤੱਕ ਗੁਰਬਾਣੀ ਦੇ ਨਾਲ ਜੁੜ ਕੇ ਉਸ ਕਿਸਮ ਦੀ ਸਾਡੀ ਜਿਹੜੀ ਹੈ ਉਹ ਪ੍ਰੈਕਟਿਸਿੰਗ ਲਾਈਫ ਨਹੀਂ ਹੋਏਗੀ ਇਹਨਾਂ ਤੋਂ ਖਹਿੜਾ ਨਹੀਂ ਛੁੱਟੇਗਾ। ਇਹ ਮੈਸੇਜ ਐਲਏ ਕੈਲੀਫੋਰਨੀਆ ਤੋਂ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਹੈ। ਹਾਂਜੀ, ਇਹਨਾਂ ਦਾ ਕਹਿਣਾ ਹੈ ਕਿ TV84 ਕਰਕੇ ਤੁਸੀਂ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਮੈਂ ਨਹੀਂ ਸਮਝਦਾ ਕਿ ਸਿੱਖ ਪੰਥ ਵਿੱਚ ਤੁਹਾਡੇ ਵਰਗਾ ਕੋਈ ਗੁਰਸਿੱਖ ਹੈ ਜਿਸ ਨੂੰ ਧਾਰਮਿਕ ਤੇ ਸਿਆਸੀ ਮੁੱਦਿਆਂ ਦੀ ਇੰਨੀ ਡੂੰਘੀ ਸਮਝ ਹੋਵੇ। ਤੁਹਾਡੀ ਆਵਾਜ਼ ਦਾ ਭਵਿੱਖ ਦੀਆਂ ਸਿੱਖ ਪੀੜ੍ਹੀਆਂ ਲਈ ਵੀ ਸੁਰੱਖਿਅਤ ਕਰਨੀ ਚਾਹੀਦੀ ਹੈ। ਭਾਵੇਂ ਸਾਡੀ ਕੌਮ ਬੇਕਦਰੀ ਹੈ ਪਰ ਤੁਸੀਂ ਪਿਛਲੇ ਕਿਹਾ ਤੂੰ ਲਗਨ ਨਾਲ ਜੁਟੇ ਹੋਏ ਹੋ। ਗੁਰੂ ਤੁਹਾਨੂੰ ਬਾਲ ਬਖਸ਼ਦੇ ਰਹਿਣ। ਵੀਰ ਹਰਪ੍ਰੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਮੇਰਾ ਕੋਈ ਕਲੇਮ ਨਹੀਂ ਹੈ ਕਿ ਮੈਂ ਕੋਈ ਧਾਰਮਿਕ ਤੌਰ ਦੇ ਉੱਤੇ ਕੋਈ ਬੜਾ ਕੋਈ ਸਕਾਲਰ ਹੈ, ਪਰ ਕਿਉਂਕਿ ਕੋਈ ਨਾ ਕੋਈ ਇਸ਼ੂ ਆ ਜਾਂਦਾ ਮੈਨੂੰ ਕਮੈਂਟ ਕਰਨਾ ਪੈਂਦਾ ਹੈ। ਮੈਂ ਸਗੋਂ ਘਬਰਾਉਂਦਾ ਵੀ ਹੁੰਦਾ ਕਈ ਵਾਰ ਕਿਉਂਕਿ ਇਸ ਨਿਸ਼ਾਨੇ ਨੂੰ ਲੈ ਕੇ ਅਸੀਂ ਤੁਰੇ ਕਿ ਕੌਮ ਦਾ ਘਰ ਬਣਾਉਣਾ ਹੈ, ਖਾਲਿਸਤਾਨ ਦੀ ਪ੍ਰਾਪਤੀ ਹੈ, ਔਰ ਇਸ ਲਈ ਬਹੁਤ ਵਾਰੀ ਦੂਸਰੀਆਂ ਡਿਬੇਟਸ ਇਸ਼ੂਜ਼ ਨੂੰ ਮੈਂ ਅਵੋਇਡ ਕਰਦਾ, ਪਰ ਕਈ ਵਾਰ ਸਵਾਲ ਵੀ ਇਸ ਕਿਸਮ ਦਾ ਹੁੰਦਾ ਕਿ ਮੈਨੂੰ ਰਿਸਪੋਂਡ ਕਰਨਾ ਬਣਦਾ। ਸੋ ਮੈਂ ਸਮਝਦਾ ਵੀ ਸਾਡੇ ਬਹੁਤ ਸਕਾਲਰ ਲੋਕ ਨੇ, ਵਿਦਵਾਨ ਨੇ, ਬੜੇ ਬੜੇ ਮਹਾਂਪੁਰਖ ਨੇ, ਉਹ ਆਪਣੇ ਆਪ ਨੂੰ ਧਾਰਮਿਕ ਜੀ ਸਦ ਕੇ ਜਿਹੜਾ ਵਿਦਵਤਾ ਕਲੇਮ ਕਰਨ। ਮੈਂ ਤਾਂ ਇੱਕ ਸਿੱਖਿਆਰਥੀ ਹੈ, ਸਟੂਡੈਂਟ ਹੈ ਸਿੱਖੀ ਦਾ, ਸਮਝਣ ਦੀ ਕੋਸ਼ਿਸ਼ ਕਰਦਾ ਹੈ ਸਿੱਖੀ ਨੂੰ। ਜਿੰਨਾ ਵੀ ਵੀਰਾਂ ਦੇ ਸਾਥ ਚੋਂ, ਭੈਣਾਂ ਦੇ ਸਾਥ ਚੋਂ ਕੁਛ ਸਿੱਖ ਸਕਿਆ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ। ਦੂਸਰਾ, ਭਵਿੱਖ ਦੀਆਂ ਜਨਰੇਸ਼ਨ, ਦੇਖੋ ਗੱਲ ਇਹ ਹੈ ਵੀ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਉਹ ਤੁਹਾਡੇ ਲਈ ਬਹੁਤ ਉਮਦਾ ਖਿਆਲ ਰੱਖਦੇ ਨੇ, ਪਰਤਾਉਂਦੇ ਵੀ ਨੇ। ਮੈਂ ਸਮਝਦਾ ਵੀ ਅਸੀਂ ਭਵਿੱਖ ਸਾਡੇ ਵਰਤਮਾਨ ਨਾਲ ਜੁੜਿਆ ਹੈ। ਜੇ ਅਸੀਂ ਆਪਣਾ ਵਰਤਮਾਨ ਸੰਭਾਲ ਲਾਂਗੇ ਔਰ ਉਹਨਾਂ ਚ ਕੀ ਯੂਨਿਟ, ਔਰ ਜਿਵੇਂ ਪਹਿਲਾਂ ਵੀ ਆਇਆ ਵੀ ਅਕਾਲੀ ਲੀਡਰ ਤੂੰ ਕਿਵੇਂ ਜਾਨ ਛੁੱਟੇਗੀ, ਦੂਜਾ ਕੀ ਹੋਏਗਾ। ਮੈਂ ਸਮਝਦਾ ਵੀ ਇਸ ਅਸੀਂ ਇਸ ਮੁਕਾਮ ਤੇ ਆ ਕੇ ਖਲੋਤੇ ਹਾਂ ਵੀ ਇੱਕ ਗੱਲ ਅਸੀਂ ਧਾਰ ਲਈਏ ਵੀ ਅਸੀਂ ਆਪਣਾ ਪਰਿਵਾਰ ਬਚਾਉਣਾ, ਫੋਕਸ ਆਪਣੇ ਪਰਿਵਾਰ ਤੇ ਰੱਖੀਏ, ਆਪਣੇ ਬੱਚੇ ਬੱਚੀਆਂ ਤੇ ਰੱਖੀਏ, ਉਹਨਾਂ ਨੂੰ ਸਿੱਖੀ ਤਰਬੀਅਤ ਦੇਈਏ, ਸਿੱਖੀ ਵੈਲਿਊਜ਼ ਦੇਈਏ, ਚੰਗੀ ਐਜੂਕੇਸ਼ਨ ਦੇਈਏ, ਔਰ ਉਹਨਾਂ ਚ ਪ੍ਰਾਈਡ ਦੇਈਏ ਕਿ ਤੁਸੀਂ ਸਿੱਖ ਹੋ, ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ। ਔਰ ਇਹ ਪ੍ਰਾਈਡ ਬੱਚਿਆਂ ਬੱਚੀਆਂ ਦੋਨਾਂ ਨੂੰ ਹੋਏ, ਬੱਚੀਆਂ ਦੇ ਵਿੱਚ ਉਹ ਪ੍ਰਾਈਡ ਹੋਏ, ਉਹ ਕਹਿਣ ਕਿ ਵੀ ਅਸੀਂ ਮਾਤਾ ਸਾਹਿਬ ਕੌਰ ਦੀਆਂ ਬੱਚੀਆਂ, ਅਸੀਂ ਜੰਗ ਦੇ ਮੈਦਾਨ ਚ ਜੂਝੀਆਂ ਹੋਈਆਂ, ਸਾਡਾ ਜਿਹੜਾ ਮੁਕਾਮ ਹੈ ਉਹ ਗੁਰੂ ਨੇ ਬੇਟੀ ਵਾਲਾ ਸਾਨੂੰ ਦਿੱਤਾ ਔਰ ਅਸੀਂ ਗੁਰੂ ਦੀ ਬੇਟੀ ਬਣਨਾ ਔਰ ਉਸ ਦੇ ਉੱਤੇ ਪੂਰਾ ਉਤਰਨਾ। ਸੋ ਮੈਂ ਸਮਝਦਾ ਇਹੀ ਸਾਡਾ ਭਵਿੱਖ ਹੈ। ਬਾਕੀ ਕਿਸੇ ਦੀ ਤੁਸੀਂ ਆਵਾਜ਼ ਕੀ ਸੰਭਾਲੋਗੇ, ਲਿਖਤਾਂ ਕੀ ਸੰਭਾਲੋਗੇ, ਅੱਜ ਲਾਇਬ੍ਰੇਰੀਆਂ ਭਰੀਆਂ ਪਈਆਂ ਨੇ, ਜਿਹੜੇ ਪਹਿਲੇ ਲਿਖ ਕੇ ਸਿੱਖਾਂ ਨੂੰ ਪੜ੍ਹਨ ਦਾ ਸ਼ੌਕ ਹੀ ਨਹੀਂ ਹੈ ਕਿਵੇਂ ਪੜ੍ਹਾ ਲਓਗੇ, ਉੱਥੇ ਕੀ ਪਈਆਂ ਨੇ ਕਿਤਾਬਾਂ, ਉਹਨਾਂ ਦਾ ਕੋਈ ਇੰਟਰਸਟ ਹੀ ਨਹੀਂ ਹੈ। ਸੋ ਜਦੋਂ ਤੁਸੀਂ ਘਰ ਦੇ ਵਿੱਚ ਸਿੱਖੀ ਵੈਲਿਊਜ਼ ਦਿਓਗੇ ਤੇ ਉਹਦੇ ਚੋਂ ਇੰਟਰਸਟ ਨਿਕਲਣਗੇ, ਉਹਨਾਂ ਚੋਂ ਸਾਡੇ ਸਕਾਲਰ ਨਿਕਲਣਗੇ, ਉਹਨਾਂ ਚੋਂ ਵਿਦਵਾਨ ਨਿਕਲਣਗੇ, ਉਹਨਾਂ ਚੋਂ ਯੋਧੇ ਨਿਕਲਣਗੇ, ਤੇ ਫਿਰ ਸਿੱਖੀ ਨੂੰ ਸਿੱਖੀ ਦਾ ਭਵਿੱਖ ਜਿਹੜਾ ਉਸ ਚੋਂ ਬਣੇਗਾ। ਤੇ ਜੇ ਸਾਡਾ ਵਰਤਮਾਨ ਸਾਥੋਂ ਨਾ ਸੰਭਾਲਿਆ ਗਿਆ ਫਿਰ ਸਤਿਗੁਰ ਜਾਣੇ ਕਿ ਵੀ ਅਸੀਂ ਕਿਸ ਹਾਲਤ ਨੂੰ ਆਪਣਾਂਗੇ। ਜੀ ਡਾਕਟਰ ਸਾਹਿਬ,
ਏ ਫੋਨ ਮੈਸੇਜ ਐਡਮਿੰਟਨ ਕੈਨੇਡਾ ਤੋਂ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਦਾ ਹੈ। ਇਹਨਾਂ ਨੂੰ TV84 ਸ਼ੁਰੂ ਕਰਨ ਤੇ ਵਧਾਈ ਦਿੱਤੀ ਹੈ। ਪ੍ਰੋਗਰਾਮ ਸੱਚੋ ਸੱਚ ਸੰਬੰਧੀ ਇਹਨਾਂ ਦਾ ਕਹਿਣਾ ਹੈ ਵੰਡਰਫੁਲ। ਸਰਪਾਲ ਸਿੰਘ ਪੁਰੇਵਾਲ ਸਾਡੀ ਕੌਮ ਦੀ ਬਹੁਤ ਵੱਡੀ ਸ਼ਖਸੀਅਤ ਨੇ। ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਪੰਥ ਦੀ ਝੋਲੀ ਪਾਇਆ। ਜੀ ਮੈਨੂੰ ਇਹਨਾਂ ਦੇ ਨਾਲ ਨਿੱਜੀ ਤੌਰ ਦੇ ਉੱਤੇ ਵੀ ਕਾਫੀ ਸਮਾਂ ਅਮਰੀਕਾ ਦੇ ਵਿੱਚ ਬਿਤਾਉਣ ਦਾ ਮੌਕਾ ਮਿਲਦਾ ਰਿਹਾ। ਐਡਮਿੰਟਨ ਕੈਨੇਡਾ ਚ ਰਹਿੰਦੇ ਨੇ, ਜੀ ਸੋ ਕੱਲ ਹੀ ਪਹਿਲੀ ਵਾਰ ਇਹਨਾਂ ਨੇ ਪ੍ਰੋਗਰਾਮ ਸੁਣਿਆ ਔਰ ਜੀ ਇਹਨਾਂ ਨੇ ਬੜੇ ਅੱਛੇ ਸ਼ਬਦ ਕਹੇ ਨੇ। ਬਹੁਤ ਬਹੁਤ ਧੰਨਵਾਦ। ਔਰ ਮੈਂ ਸਮਝਦਾ ਵੀ ਇਹ ਬਜ਼ੁਰਗ ਜਿਹੜੇ ਨੇ ਇਹ ਸਾਡੇ ਪ੍ਰੇਰਣਾ ਸਰੋਤ ਨੇ, ਜਿਹਨਾਂ ਨੇ ਕੌਮ ਦੀ ਅੱਡਰੀ ਹਸਤੀ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਿੱਤਾ। ਔਰ ਇਹ ਉਹੀ ਸਾਡਾ ਸੰਘਰਸ਼ ਖਾਲਿਸਤਾਨ ਦਾ ਉਸ ਦਾ ਇੱਕ ਮੀਲ ਪੱਥਰ ਹੈ, ਇੱਕ ਵੱਖਰਾ ਕੈਲੰਡਰ ਸਿੱਖ ਕੈਲੰਡਰ ਦਾ ਹੋਣਾ। ਔਰ ਅਸੀਂ ਬਹੁਤ ਧੰਨਵਾਦੀ ਹਾਂ ਸਰ ਸਾਹਿਬ ਦੇ ਕਿ ਉਹਨਾਂ ਨੇ ਯਾਦ ਕੀਤਾ। ਜੀ ਡਾਕਟਰ ਸਾਹਿਬ, ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਇੱਕ ਛੋਟੇ ਬ੍ਰੇਕ ਦਾ। ਵੀਅਰਸ, ਸਾਡਾ ਪ੍ਰੋਗਰਾਮ ਇਸੇ ਤਰ੍ਹਾਂ ਹੀ ਦੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।